ਤੁਸੀਂ ਚੰਦ ਤੇ ਜਦੋਂ ਜਾਵੋਗੇ ਤਾਂ ਬੂਟ ਨਾਲ ਲੈ ਕੇ ਜਾਇਓ। ਸਤਿ ਸ਼੍ਰੀ ਅਕਾਲ ਜੀ, ਅਸੀਂ ਆਏ ਅੱਜ ਘੁੰਮਣ ਤੇ, ਵੈਸੇ ਆਏ ਸੀ ਪਰ ਇੱਥੇ ਦੇਖਿਆ ਸੀ ਕਿ ਸੇਲਾਂ ਲੱਗੀਆਂ ਜਨਵਰੀ ਦੀਆਂ, ਤੇ ਆ ਜੋ ਆਪਾਂ ਦੇਖਦੇ ਹਾਂ ਕੀ ਲੱਗਿਆ। ਵੈਸੇ ਤਾਂ ਅਸੀਂ ਮੇਨ ਜਿਹੜੇ ਸੂਜ ਬੂਟ ਹੁੰਦੇ ਆ ਉਹ ਦੇਖਣ ਆਏ ਸੀਗੇ, ਬਾਕੀ ਦੇਖਦੇ ਹਾਂ ਕੀ ਕੀ ਸੇਲਾਂ ਲੱਗੀਆਂ ਹੈਗੀਆਂ। ਆ ਜੋ ਘੁੰਮਦੇ ਹਾਂ, ਗੁਰਮਨ ਵੀ ਆਪਣੇ ਨਾਲ ਆ। ਹਾਏ ਗੁਰਮਨ, ਹਾਏ, ਚਲੋ ਆ ਜੋ ਘੁੰਮਦੇ ਹਾਂ ਦੇਖਦੇ ਹਾਂ। ਸੈਂਟਰ ਹੈਗਾ ਓਸਲੋ ਨਹੀਂ ਮੇਰਾ ਓਸਲੋ ਹੈਗਾ, ਅਸੀਂ ਪਹਿਲਾਂ ਓਸਲੋ ਰਹਿੰਦੇ ਸੀ, ਉਹੀ ਮੂੰਹ 'ਚੋਂ ਨਿਕਲ ਜਾਂਦਾ। ਇਹ ਹੈਗਾ ਸ਼ੀ ਸੈਂਟਰ ਜਿੱਥੇ ਅਸੀਂ ਹੁਣ ਰਹਿੰਦੇ ਹਾਂ, ਨੇੜੇ ਹੀ ਆ ਸਾਡੇ ਘਰ ਦੇ, 5-10 ਕਿਲੋਮੀਟਰ ਦਾ ਸਫ਼ਰ ਹੈਗਾ। ਅਤੇ ਚਲੋ ਘੁੰਮਦੇ ਆ ਜੋ, ਦੇਖਦੇ ਹਾਂ, ਕਰੋ ਇੰਜੋਏ, ਹੈ ਨਾ ਗੁਰਮਨ, ਚੱਲੀਏ ਫਿਰ। ਚਲੋ ਚੱਲ ਜਵਾਨਾ, ਆਹ ਹੈਗੀ ਜੀ ਦੁਕਾਨ ਕੋਈ ਜਵਾਨਾ, ਅਤੇ ਨਾਲ ਹੀ ਹੈਗੀ ਇਹਨਾਂ ਦੇ HM। ਹੁਣ ਸੇਲਾਂ ਲੱਗੀਆਂ ਹੋਈਆਂ। ਹਾਂ, ਸਾਹਮਣੇ ਦੁਕਾਨ ਆ, ਇਹ ਹੈਗੀ ਕੀ ਹੈ, ਐਨਕਰਲੇ ਲੀਵ, ਪਤਾ ਨਹੀਂ ਕੀ ਇਹਦਾ ਨੁਸਕ ਨਾਮ ਨਹੀਂ, ਇੱਧਰਲਾ ਕੋਈ ਨਾਂ ਗਾ। ਇਹਦੇ ਵਿੱਚ ਵੀ ਜੁੱਤੀਆਂ ਜਾਤੀਆਂ ਪਈਆਂ, ਸੂਸਾ 'ਚ ਪਿਆ, ਮੂਹਰੇ ਆਉਂਦਾ ਸਾਲਕ ਦਾ ਮਤਲਬ ਹੁੰਦਾ ਸੇਲ। ਆਪਾਂ ਇਹਨਾਂ ਵਿੱਚ ਤਾਂ ਜਾਣਾ ਨਹੀਂ, ਆਪਾਂ ਸਿਰਫ ਜੁੱਤੇ ਵਾਲੀ ਦੁਕਾਨ ਦੇਖਦੇ ਹਾਂ ਅਤੇ ਹੋਰ ਆਲਾ ਦੁਆਲਾ ਦੇਖਦੇ ਹਾਂ। ਜਿੱਥੇ ਸਮਝੋ ਲਾਲ ਪੱਟੀ ਲੱਗੀ ਹੈ, ਸੇਲ ਲੱਗੀ ਆ। ਆਹ ਬੋਰਡ ਲੱਗਾ ਹੁੰਦਾ ਇੱਥੇ, ਤੁਸੀਂ ਭਰ ਦਿਓ ਵੀ ਕਿੰਨੇ ਫਲੋਰ ਆ, ਕਿੱਥੇ ਜਾਣਾ, ਕਿਹੜੀ ਦੁਕਾਨ 'ਤੇ ਜਾਣਾ, ਉਹ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਇੱਥੇ। ਆ ਪਿਆ ਮੇਰੇ ਵਾਲੇ ਨਾਲ ਦੇ, ਛੋਟੇ ਰੱਖਣੇ। ਗੁਰਮਨ ਸਾਡਾ ਸੁੱਤਾ ਪਿਆ ਵਾ, ਹੈ 39। ਅਸੀਂ ਲੱਗਿਆਂਗੇ ਸ਼ੋਪਿੰਗ ਕਰਨ। ਚਲੋ ਮੈਂ ਅੱਜ ਬੂਟਾਂ ਬਾਟਾਂ ਦੇ ਰੇਟ ਜੇ ਦੇਖ ਲਈ, ਕਿਉਂਕਿ ਹੁਣ ਜਨਵਰੀ 'ਚ ਸੇਲਾਂ ਲਾ ਜਾਂਦੇ ਇੱਥੇ, ਅਤੇ ਕਾਫੀ ਲੱਗੀਆਂ ਨੇ ਸੇਲਾਂ, 60% ਤੱਕ ਸੂਜ ਦੀਆਂ। ਮੈਂ ਚਲੋ ਰੇਟ ਰੂਟ ਦੇਖ ਲੈਂਦੇ ਹਾਂ ਕੀ ਹਿਸਾਬ ਕਿਤਾਬ ਆ। ਓਰਿਜਨਲ ਮਾਲ ਹੁੰਦਾ, ਕਿਉਂਕਿ ਨਕਲੀ ਮਾਲ ਨਹੀਂ ਹੁੰਦਾ, ਕਿਉਂਕਿ ਨਕਲੀ ਤਾਂ ਜਿੱਥੋਂ ਮਰਜ਼ੀ ਲੈ ਲਾ। ਹੁਣ ਆਹ ਜਿਵੇਂ ਲੱਗਿਆ, ਪਤਾ ਨਹੀਂ ਇਹਦਾ ਮਾਡਲ ਕੀ ਆ, ਸਟੋਕ ਖੋਲਵਾਂ ਐਨ ਲਿਖਿਆ ਹੁੰਦਾ ਜਿਹੜੇ ਬੂਟ 'ਤੇ, ਇਹ 1000 ਰੁਪਈਏ ਦਾ ਅਲੱਗ ਰੇਟ ਨੇ ਸਾਰਿਆਂ ਦੇ। ਕਿਹੜਾ ਬ੍ਰਾਂਡ ਆ ਉਹ ਮਹਿੰਗਾ ਹੀ ਮਿਲਣਾ। ਆਹ ਇੱਕ ਜੁੱਤੀ ਵੀ ਵਧੀਆ ਹੁੰਦੀ ਆ, 1500 ਦੀ। ਹਾਂਜੀ, ਜਾਂ ਫਿਰ ਸ਼ਾਇਦ ਆ ਜੀ 1700 ਦੇ, 1700 ਕਰੋਨੇ। ਇਹ ਮਹਿੰਗਾ, ਇਹ ਤਾਂ ਮਹਿੰਗੇ ਹੁੰਦੇ ਆ ਬੂਟ, ਕਿਉਂਕਿ ਇਹ ਗਰਮ ਹੁੰਦੇ ਆ ਵਿੱਚੋਂ, ਅਤੇ ਸਰਦੀਆਂ ਦੇ ਵਿੱਚ ਫਿਰ ਪਾਉਣੇ ਹੁੰਦੇ ਆ, ਤਾਂ ਕਰਕੇ ਮਹਿੰਗੇ ਆ। ਜਿਹੜੇ ਸਿੰਪਲ ਹੁੰਦੇ ਆ ਉਹ ਤਾਂ ਸਸਤੇ ਹੁੰਦੇ ਆ। ਬਾਕੀ ਆਹ ਜਿਹੜੀ ਸੇਲ ਲੱਗੀ ਆ 60% ਦੀ ਲੱਗੀ ਆ, ਅਤੇ ਚੰਦ ਵਾਲੇ ਬੂਟ ਮੈਂ ਤੁਹਾਨੂੰ ਦਿਖਾ ਤੇ ਆ ਗਏ, ਇੱਕ ਵਾਰੀ ਹੋਰ ਦਿਖਾ ਦੇਣਾ। ਉੱਧਰ ਪਏ ਗਏ ਇਹ ਕੁੜੀਆਂ ਦੇ, ਉਹ ਮੁੰਡਿਆਂ ਦੇ ਸੀ, ਮੁੰਡਿਆਂ ਦੀ ਵਰਾਇਟੀ ਥੋੜ੍ਹੀ ਆ, ਕੁੜੀਆਂ ਦੀ ਵਰਾਇਟੀ ਜ਼ਿਆਦਾ। ਮੂਨ ਬੂਟ ਆਹ ਪਏ ਆ ਸਾਰੇ, ਜੋ ਚੰਦ 'ਤੇ ਜਾਵੋਗੇ ਤਾਂ ਲੈ ਜਾਓ ਨਾਲ।
ਜੇ ਤੁਸੀਂ ਚੰਦ ਤੇ ਜਾਣਾ ਤਾਂ ਤੁਹਾਨੂੰ ਬੂਟ ਮਿਲ ਜਾਣਗੇ ਚੰਦ ਵਾਲੇ, ਕਿਉਂਕਿ ਹੁਣ ਟੂਰਿਜ਼ਮ ਸ਼ੁਰੂ ਹੋ ਗਿਆ। ਤੁਸੀਂ ਚੰਦ ਤੇ ਜਦੋਂ ਜਾਵੋਗੇ ਤਾਂ ਬੂਟ ਨਾਲ ਲੈ ਕੇ ਜਾਇਓ, ਸੌਖਾ ਤੁਰਿਆ ਜਾਊ ਉੱਥੇ। ਗੰਦੇ ਨੀ ਹੋਣਗੇ ਚਿੱਟੇ ਜਿਹੇ ਵਾਲੇ? ਹਜ਼ਾਰ ਰੁਪਏ ਦਾ ਰੂਟ ਵਾਲੇ ਤੋਂ ਰੂਟ ਦੇ ਹਾਂ ਸੌਖੇ ਬੂਟ ਆ, ਗਲੀ ਨੇ ਇਹ ਬੂਟ ਪਸੰਦ ਕਰਦੀ ਆ। ਇੰਗਨ ਪਿੱਤੇ ਚੇਂਜ ਨਹੀਂ ਕਰ ਸਕਦੇ, ਇੱਕ ਵਾਰੀ ਤੁਸੀਂ ਲੈ ਗਏ ਇਹਨਾਂ ਨੂੰ ਉਹ ਅਸੀਂ ਜੇ ਪਸੰਦ ਨਹੀਂ ਕਰਦੀ ਵੀਰ ਆਹ ਚੀਜ਼ਾਂ ਜੀਆਂ, ਉਹ ਫੀਤੇ ਜੇ ਹੁਣ ਇਹੋ ਜਿਹਾ ਪਸੰਦ ਕਰ ਲੈਂਦੀ ਆ, ਉਹ ਚੇਪੀ ਲੱਗਦੀ ਹੋਵੇ ਜਿਹਨਾਂ ਨੂੰ ਉਹ ਨੀ ਪਸੰਦ ਕਰਦੀ, ਦੂਜੇ ਚੇਪੀ ਜਿਹੜੇ ਪਸੰਦ ਕਰਦੇ ਉਹਨੂੰ ਔਖੇ ਲੱਗਦੇ ਫੀਤੇ ਪੁੱਤੇ ਦੇ ਕਸਣੇ। ਜਾ ਪਤਾ ਚਲੋ ਜੀ, ਅੱਜ ਤੁਹਾਨੂੰ ਬੂਟ ਦਿਖਾਤੇ ਅਸੀਂ ਆਏ ਤੇ ਉਦਾਂ ਹੀ ਵੀ ਚਲੋ ਸਿਲਾਂ ਸੁਲਾਂ ਲੱਗੀਆਂ ਹੋਣਗੀਆਂ ਦੇਖ ਰਹੇ ਹਾਂ ਆਉਂਦੀ ਮੰਮਾ ਪੁੱਤ ਤੇ ਘੁੰਮਣ ਗਏ ਅਸੀਂ ਹੋ ਗਏ ਜੀ ਲੇਟ ਥੋੜ੍ਹੇ ਜਿਹੇ ਅਤੇ ਅਸੀਂ ਗੁੱਲੀ ਨੂੰ ਫੜਨਾ ਸੀ ਉਹਦੇ ਬਹਾਨਾ ਕਿ ਕਿੰਡਰ ਗਾਰਟਨ ਤੋਂ ਬਹਾਨਾ ਕਹਿੰਦੇ ਇੱਥੇ ਅਤੇ ਬਲਵੀਰ ਗਈ ਆ ਉਹਨੂੰ ਲੈਣ ਅਤੇ ਅਸੀਂ ਹੁਣ ਮੈਂ ਅਤੇ ਗੁਰਮਨ ਉਹਦੀ ਵੇਟ ਕਰਦੇ ਹਾਂ ਬਾਹਰੇ ਖੜ੍ਹੇ, ਦੇਖਦੇ ਹਾਂ ਹੁਣ ਕਦੋਂ ਆਉਂਦੀ ਹੈ। ਟਾਈਮ ਹੋ ਗਿਆ ਜੀ 4 ਵੱਜ ਗਏ ਸ਼ਾਮਾਂ ਦੇ ਅਤੇ ਹੁਣ ਅਸੀਂ ਚੱਲਿਆਂਗੇ ਘਰ ਨੂੰ, ਸਾਰਾ ਦਿਨ ਲੰਘ ਗਿਆ ਸਾਡਾ ਇੱਦਾਂ ਹੀ ਅੱਜ।